ਖਾਲਸਾ ਫੌਜਾਂ ਆ ਰਹੀਆਂ ਨੇ ਤੇ ਗੱਲਬਾਤ ਕਰ ਲੈਂਦੇ ਆ ਕੀ ਲੋੜ ਪੈ ਗਈ ਅੱਜ ਬੋਰਡ ਤੁਹਾਡਾ ਹੁੰਦਾ ਸੀ ਪੰਜਾਬੀ ਬੋਲੀ ਦਾ ਬੋਰਡ ਹੁੰਦਾ ਸੀ ਊੜਾ ਏੜਾ ਈੜੀ ਦਾ ਬੋਰਡ ਹੁੰਦਾ ਸੀ ਅੱਜ ਇਹ ਗੁਰਸਿੱਖ ਦਾ ਤੁਹਾਨੂੰ ਬੋਰਡ ਫੜਨਾ ਪੈ ਗਿਆ ਮੈਨੂੰ ਬਹੁਤ ਮਨ ਨੂੰ ਦੁੱਖ ਹੋਇਆ ਕਿ ਵਿਦੇਸ਼ ਤੋਂ ਆ ਕੇ ਚੰਗੇ ਸੁਝਾਅ ਦੇਣ ਵਾਲੇ ਨੂੰ ਕੁੱਟ ਕੁੱਟ ਕੇ ਮਾਰਿਆ ਉਹ ਵੀ ਪਬਲਿਕ ਥਾਂ ਤੇ ਕੋਈ ਰੋਕਣ ਵਾਲੇ ਨਹੀਂ ਹੈ ਹੁੱਲੜਬਾਜ਼ੀ ਕਰਨਾ ਇਹ ਸੱਭਿਆ ਸਮਾਜ ਦੀ ਲੱਛਣ ਨਹੀਂ ਹੈ ਇਹ ਇਸ ਸਮਾਜ ਨੂੰ ਸੁਧਾਰਨ ਦੀ ਲੋੜ ਹੈ ਪ੍ਰਦੀਪ ਸਿੰਘ ਬਾਰੇ ਆਪ ਸਭ ਨੂੰ ਪਤਾ ਹੋਏਗਾ ਵੀ ਇਸ ਗੁਰਸਿੱਖ ਨੂੰ ਗੁਰਸਿੱਖ ਦਾ ਕਤਲ ਕਰ ਦਿੱਤਾ ਜਾਂਦਾ ਪੰਡਤ ਰਾਓ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਹੋਲੇ ਮਹੱਲੇ ਤੇ ਆਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਗੱਲਬਾਤ ਕਰਦੇ ਹਾਂ ਪੰਡਤ ਰਾਓ ਨਾਲ ਕਰਦੇ ਹਾਂ ਜਿਵੇਂ ਕਿ ਹੋਲੇ ਮਹੱਲੇ ਆ ਹਜ਼ੂਮ ਜਿਹੜਾ ਹੈ ਪੂਰਾ ਆ ਰਿਹਾ ਖਾਲਸਾ ਫੌਜਾਂ ਆ ਰਹੀਆਂ ਨੇ ਖਾਲਸਾ ਫੌਜਾਂ ਆ ਰਹੀਆਂ ਨੇ ਤਾਂ ਗੱਲਬਾਤ ਕਰ ਲੈਂਦੇ ਹਾਂ ਕੀ ਲੋੜ ਪੈ ਗਈ ਅੱਜ ਬੋਰਡ ਤੁਹਾਡਾ ਹੁੰਦਾ ਸੀ ਪੰਜਾਬੀ ਬੋਲੀ ਦਾ ਬੋਰਡ ਹੁੰਦਾ ਸੀ ਊੜਾ ਏੜਾ ਈੜੀ ਦਾ ਬੋਰਡ ਹੁੰਦਾ ਸੀ ਅੱਜ ਇਹ ਗੁਰਸਿੱਖ ਦਾ ਤੁਹਾਨੂੰ ਬੋਰਡ ਫੜਨਾ ਪੈ ਗਿਆ ਬਿਲਕੁਲ ਮਹਾਰਾਜ ਇਸ ਗੁਰਸਿੱਖ ਇਹ ਗੁਰਸਿੱਖ ਬਣਨਾ ਆਸਾਨ ਕੰਮ ਨਹੀਂ ਮਹਾਰਾਜ ਇਹ ਨਿਹੰਗ ਸਿੱਖ ਬਣਨਾ ਆਸਾਨ ਕੰਮ ਨਹੀਂ ਹੈ ਇਹ ਤਪੱਸਿਆ ਹੈ ਬਹੁਤ ਕਠਿਨ ਪਰਿਸ਼ਰਮ ਤੋਂ ਬਾਅਦ ਨਿਹੰਗ ਸਿੱਖ ਜਾਂ ਗੁਰਸਿੱਖ ਬਣਦੇ ਨੇ ਦੱਸੋ ਮੈਨੂੰ ਵਿਦੇਸ਼ ਤੋਂ ਆ ਕੇ ਇਸ ਗੁਰਸਿੱਖ ਨੇ ਸਿਰਫ ਉਹਨਾਂ ਨੂੰ ਕਿਹਾ ਹੁੱਲੜਬਾਜ਼ੀ ਕਰਨ ਵਾਲੇ ਨੂੰ ਕਿ ਤੁਸੀਂ ਬਾਈਕ 'ਤੇ ਪਟਾਕੇ ਨਾ ਇਸਤੇਮਾਲ ਕਰੋ ਨਾ ਗਲਤ ਗਾਣਾ ਚਲਾਓ ਇਹ ਗੁਰੂ ਕਰਦੇ ਆਏ ਹੋ ਤੁਸੀਂ ਸੰਭਾਲ ਕੇ ਰਹਿਣਾ ਪਰ ਉਹਨਾਂ ਨੇ ਇਹਨਾਂ ਨੂੰ ਕੁੱਟ ਕੁੱਟ ਕੇ ਮਾਰਿਆ ਦੱਸੋ ਮੈਨੂੰ ਕਿੱਥੇ ਹੈ ਨੈਤਿਕਤਾ ਕਿੱਥੇ ਹੈ ਮੋਰੈਲਿਟੀ ਕਿੱਥੇ ਮੇਰੇ ਗੁਰੂ ਮਹਾਰਾਜ ਦੀ ਨਿਮਰਤਾ ਦੀ ਸਿਧਾਂਤ ਇਸ ਲਈ ਮੈਂ ਇਹ ਫੋਟੋ ਲੈ ਕੇ ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਥੇ ਪਹੁੰਚਿਆ ਮਹਾਰਾਜ ਬਾਬਾ ਜੀ ਕਈ ਵਾਰੀ ਦੇਖਦੇ ਹਾਂ ਬਾਬਾ ਜੀ ਕਹਿਤਾ ਪੰਡਿਤ ਜੀ ਕਈ ਵਾਰੀ ਦੇਖਦੇ ਹਾਂ ਵੀ ਲੋਕ ਇੱਥੇ ਹੁੱਲੜਬਾਜ਼ੀ ਜੀ ਹੁੱਲੜਬਾਜ਼ੀ ਕਰਨਾ ਇਹ ਸੱਭਿਆ ਸਮਾਜ ਦੀ ਲੱਛਣ ਨਹੀਂ ਹੈ ਇਹ ਇਸ ਸਮਾਜ ਨੂੰ ਸੁਧਾਰਨ ਦੀ ਲੋੜ ਹੈ ਇਸ ਲਈ ਮੇਰੇ ਗੁਰੂ ਮਹਾਰਾਜ ਨੇ ਹਰੇਕ ਗੁਰਬਾਣੀ ਦੇ ਵਿੱਚ ਕਿਹਾ ਹੈ ਨਿਮਰਤਾ ਨਾਲ ਹੀ ਚੱਲਣਾ ਹੈ ਪਰ ਨਿਮਰਤਾ ਕਿੱਥੇ ਹੈ ਹੁੱਲੜਬਾਜ਼ੀ ਕਰਨ ਵਾਲੇ ਨੂੰ ਸਿਖਾਉਣ ਦੀ ਲੋੜ ਸੀਗਾ ਟੀਚਰ ਦੀ ਕੰਮ ਸੀਗਾ ਇਹ ਪੇਰੈਂਟਸ ਦੀ ਮਾਤਾ ਪਿਤਾ ਜੀ ਦੀ ਕੰਮ ਸੀਗਾ ਬੁੱਧੀਜੀਵੀ ਲੇਖਕ ਗਾਇਕ ਦੀ ਕੰਮ ਸੀ ਪਰ ਗਾਇਕ ਗਾਉਂਦੇ ਨੇ ਲੱਚਰ ਸ਼ਰਾਬੀ ਹਥਿਆਰੀ ਗਾਣੇ ਕਿੱਥੋਂ ਤੁਸੀਂ ਉਮੀਦ ਰੱਖ ਸਕਦੇ ਹੋ ਇਸ ਲਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਗਵਾਣੀ ਨਾਲ ਜੁੜਨ ਦੀ ਲੋੜ ਹੈ ਗੁਰੂ ਸਿੱਖ ਦੇ ਸਿਧਾਂਤ ਨਾਲ ਜੋੜਨ ਦੀ ਲੋੜ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਸੰਦੇਸ਼ ਮੈਂ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਸੁਧਰੇਗਾ ਜ਼ਰੂਰ ਜਦੋਂ ਇਹ ਖਬਰ ਨੂੰ ਪਤਾ ਲੱਗਿਆ ਤਾਂ ਇੱਕ ਵਾਰੀ ਜ਼ਰੂਰ ਬੰਦਾ ਹਿੱਲ ਜਾਂਦਾ ਵੀ ਇੱਦਾਂ ਕਿੱਦਾਂ ਹੋ ਸਕਦਾ ਮੈਨੂੰ ਬਹੁਤ ਮਨ ਨੂੰ ਦੁੱਖ ਹੋਇਆ ਕਿ ਵਿਦੇਸ਼ ਤੋਂ ਆ ਕੇ ਚੰਗੇ ਸੁਝਾਅ ਦੇਣ ਵਾਲੇ ਨੂੰ ਕੁੱਟ ਕੁੱਟ ਕੇ ਮਾਰਿਆ ਉਹ ਵੀ ਪਬਲਿਕ ਥਾਂ 'ਤੇ ਕੋਈ ਰੋਕਣ ਵਾਲੇ ਨਹੀਂ ਹੈ ਕਿੱਥੇ ਪੁਲਿਸ ਸੀਗੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਾਨਯੋਗ ਹਾਈਕੋਰਟ ਦੇ ਵਿੱਚ ਇਸ ਦਾ ਜ਼ਿਕਰ ਕਰਾਂਗਾ ਕਿਉਂਕਿ ਮਾਨਯੋਗ ਹਾਈਕੋਰਟ ਨੇ ਕਿਹਾ ਹੈ ਕਿ ਬਾਈਕ ਦੇ ਵਿੱਚ ਤੁਸੀਂ ਪਟਾਕੇ ਇਸਤੇਮਾਲ ਨਹੀਂ ਕਰ ਸਕਦੇ ਕਿਵੇਂ ਇਸਤੇਮਾਲ ਹੋਇਆ ਲੱਚਰ ਸ਼ਰਾਬੀ ਹਥਿਆਰੀ ਗਾਣੇ ਕਿੱਥੇ ਵੀ ਨਹੀਂ ਚੱਲਣਾ ਦਾ ਨਹੀਂ ਚੱਲਣਾ ਚਾਹੀਦਾ ਮਾਨਯੋਗ ਹਾਈਕੋਰਟ ਦੀ ਜੀਪ ਦੇ ਵਿੱਚ ਕਹਿ ਰਹੇ ਸੀ ਗਾਣੇ ਵਜਾ ਰਹੇ ਜੀਪ ਦੇ ਵਿੱਚ ਹੁੱਲੜਬਾਜ਼ੀ ਕਰ ਰਹੇ ਜੀ ਇਹ ਮੈਨੂੰ ਲੱਗਦਾ ਇਹ ਹੁੱਲੜਬਾਜ਼ੀ ਗਾਣੇ ਚਲਾਉਣਾ ਮਾਨਯੋਗ ਹਾਈਕੋਰਟ ਦੀ ਹੁਕਮ ਦਾ ਉਲੰਘਣਾ ਹੈ ਗ੍ਰਹਿ ਸਕੱਤਰ ਪੰਜਾਬ ਸਰਕਾਰ ਦੀ ਹੁਕਮ ਦਾ ਉਲੰਘਣਾ ਹੈ ਮੈਂ ਮਾਨਯੋਗ ਹਾਈਕੋਰਟ ਦੇ ਜ਼ਿਕਰ ਕਰਾਂਗਾ ਇਹਨਾਂ ਨੂੰ ਇਨਸਾਫ ਦਿਲਾਉਣ ਲਈ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਬੋਲੇ ਸੋਨੀਆ ਕਦੋਂ ਹੋਲੇ ਮਹੱਲੇ ਤੇ ਕਦੋਂ ਆਏ ਸੀ ਨਾ ਮੈਂ ਸਵੇਰੇ 11:30 ਵਜੇ ਚੰਡੀਗੜ੍ਹ ਤੋਂ ਇੱਥੇ ਪਹੁੰਚਿਆ ਜੀ ਮੈਂ ਸ਼ਾਮ ਤੱਕ ਇੱਥੇ ਪ੍ਰਚਾਰ ਕਰਾਂਗਾ ਨੌਜਵਾਨ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਦੇਖੋ ਮੈਂ ਕਰਨਾਟਕ ਤੋਂ ਆ ਕੇ ਸ੍ਰੀ ਜਪਜੀ ਸਾਹਿਬ ਨੂੰ ਕੰਨੜ ਵਿੱਚ ਅਨੁਵਾਦ ਕਰਕੇ ਨਿਮਰਤਾ ਕੀ ਹੈ ਮੈਨੂੰ ਪਤਾ ਹੈ ਹੱਥ ਜੋੜ ਕੇ ਬੇਨਤੀ ਕਰਾਂਗਾ ਨੌਜਵਾਨ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਇਹ ਪਵਿੱਤਰ ਧਰਤੀ ਹੈ ਜਿੱਥੇ ਮੇਰੇ ਗੁਰੂ ਮਹਾਰਾਜ ਨੇ ਸਭ ਕੁਝ ਵਾਰਨ ਤੋਂ ਬਾਅਦ ਵੀ ਇੱਕੋ ਇੱਕ ਪਰਮਾਤਮਾ ਦੀ ਉਸਤਤ ਕਰਦੇ ਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀ ਤਾਕਤ ਇੰਨੇ ਰਾਜਾ ਇੰਨੀ ਯੋਧਾ ਨਾ ਕਦੇ ਹੋਇਆ ਨਾ ਹੋਇਆਗਾ ਇਹਨਾਂ ਦੀ ਮੈਂ ਜ਼ਿਕਰ ਕਰਕੇ ਨੌਜਵਾਨ ਨੂੰ ਬੇਨਤੀ ਕਰਾਂਗਾ ਨਿਮਰਤਾ ਪਾਓ ਅਤੇ ਹੁੱਲੜਬਾਜ਼ੀ ਛੱਡੋ ਇਹ ਗੁਰਬਾਣੀ ਨਾਲ ਜੁੜੋ ਅਤੇ ਗੁਰੂ ਸਿੱਖ ਬਣੋ ਅਸੀਂ ਧੰਨਵਾਦੀ ਹਾਂ ਜੀ ਪੰਡਿਤ ਰਾਓ ਧਨੇਵਰ ਦਾ ਕਿਉਂਕਿ ਪਹਿਲਾਂ ਇਹਨਾਂ ਨੇ ਪੰਜਾਬੀ ਦਾ ਬੀੜਾ ਬਹੁਤ ਗੁਰਮੁਖੀ ਦਾ ਬੀੜਾ ਤਗੜੇ ਹੋ ਕੇ ਚੁੱਕਿਆ ਅੱਜ ਸਾਡਾ ਗੁਰਸਿੱਖ ਇੱਕ ਇੱਥੇ ਹੁੱਲੜਬਾਜ਼ਾਂ ਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੰਡਿਤ ਜੀ ਉਹਨੂੰ ਜਾਗਰਤ ਕਰ ਰਹੇ ਆ ਹੁੱਲੜਬਾਜ਼ਾਂ ਨੂੰ ਕਿ ਅੱਜ ਜਿਹੜੀ ਆ ਇਸ ਪਵਿੱਤਰ ਧਰਤੀ 'ਤੇ ਹੁੱਲੜਬਾਜ਼ੀ ਨਾ ਕੀਤੀ ਜਾਏ ਇਹ ਮੇਰੇ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਸਿੰਘ ਸੀਗਾ ਜਿਹੜਾ ਬਿਲਕੁਲ ਅਨਿਆਈ ਮੌਤ
नजायज़ इन्हों कतल किया गया होलड़बाजा वालों। असी पंडित जी दे सदा ही ऋणी रहांगे कि इस तरह ही आवाज़ उठाते रहते हैं। आस पास के पिंड हूँ यह गल चल रही होनी है, हूँ तो होले महल से नौजवान जे गल करते हैं तो माँ प्यो रोकते होने बहुत ज़्यादा जी। साडा पूरा हलका पूरा गुरदासपुर जिला ही सोग की लहर दे विच आ, बहुत ज़्यादा नौजवानों इस गल का ठेस पहुँची आ कि साडा नौजवान विदेश तो आया गुरसिखी वास्ते काम कर रहा तो हुलड़बाजा ने उन्हें बिना मतलब तो मौत के घाट उतार दिता। जिवें की गलबात की है, उम्मीद है तुम सारी गलबात सुन ली होगी। सो ऐसी अज की खबर, बधेरी खबर आने जुड़े डेली पोस्ट। कैमरा परसन हैप्पी गरेवाल के नाल कुवरजोत सिंह की रिपोर्ट।